ਪੀੜ੍ਹੀ ਜਾ ਰਹੀ ਹੈ ਕਿ ਨਹੀਂ ਜਾ ਰਹੀ ਹੈ ਕਿ ਨਹੀਂ ਪੰਜਾਬ ਦੀ ਹਰ ਮਾਂ ਹਰ ਪਿਓ ਹਰ ਭੈਣ ਹਰ ਭਰਾ ਇਹ ਸੋਚਦਾ ਕਿ ਨਿਆਣੇ ਨਾਲ ਮਤੇ ਕਿਤੇ ਪੰਜਾਬੀ 'ਚ ਗੱਲ ਹੋ ਜਾਏ ਹਨ ਤੋ ਅਗਲੀ ਪੀੜ੍ਹੀ ਜਾਂਦੀ ਪਈ ਹੈ ਤੁਸੀਂ ਵੇਖ ਜਾਓ ਉਹ ਬੁਲਾਰੇ ਕਿੰਨੇ ਕੁ ਨੇ ਗਿਣਤੀ ਚਲੋ ਸਾਡੀ ਬੜੀ ਵੱਡੀ ਹੈ 14 ਕਰੋੜ ਪੰਜਾਬੀ ਬੋਲਣ ਵਾਲਾ ਹੈ ਸਾਰੀ ਆਬਾਦੀ ਵਿੱਚ ਬੁਲਾਰਿਆਂ ਦੀ ਗਿਣਤੀ ਕਿੰਨੇ ਮੈਂ ਜਿਵੇਂ ਹੁਣ ਹਰਿਆਣਾ 'ਚ ਵਾਹਵਾ ਪੰਜਾਬੀ ਗਿਣਤੀ ਹੈ ਤਾਂ ਵੱਡਾ ਅਨੁਪਾਤ ਉੱਥੇ ਹਰਿਆਣੇ 'ਚ ਪੰਜਾਬੀ ਨੂੰ ਖਤਰਾ ਨਹੀਂ ਪਰ ਬੰਗਾਲ 'ਚ ਵਾਲੇ ਜਦੋਂ ਪੰਜਾਬੀਆਂ ਦੀ ਗਿਣਤੀ ਥੋੜ੍ਹੀ ਹੈ ਤਾਂ ਉਹ ਅਨੁਪਾਤ ਪੂਰੀ ਆਬਾਦੀ ਵਿੱਚ ਥੋੜ੍ਹਾ ਉੱਥੇ ਖਤਰਾ ਜਿਹੜੇ ਨਵੇਂ ਖੇਤਰ ਆ ਰਹੇ ਨੇ ਸਿੱਖਿਆ ਦੇ ਮਾਧਿਅਮ ਨੇ ਪੱਤਰ ਵਾਲੇ ਜੋ ਸਾਰੇ ਨਵੇਂ ਖੇਤਰ ਜਨਸੰਚਾਰ ਮਾਧਿਅਮ ਕੰਪਿਊਟਰ ਸ਼ਿਪਿਊਟਰ ਜੋ ਕੁਛ ਵੀ ਹੈ ਉਹਨਾਂ ਦੇ ਵਿੱਚ ਕਿੰਨਾ ਕੁ ਸਮੱਗਰੀ ਹੈ ਕਿੰਨਾ ਹੁੰਗਾਰਾ ਉਹ ਭਾਸ਼ਾ ਨੂੰ ਦੇ ਰਹੀ ਹੈ ਅਤੇ ਭਾਸ਼ਾ ਪੜ੍ਹਾਉਣ ਵਾਸਤੇ ਔਰ ਸਿੱਖਿਆ ਦੇਣ ਵਾਸਤੇ ਉਹਦੀ ਸਮੱਗਰੀ ਕਿੰਨੀ ਕੁ ਹੈ ਸਰਕਾਰਾਂ ਦਾ ਭਾਸ਼ਾ ਵੱਲ ਵਤੀਰਾ ਕੀ ਹੈ ਇਹ ਬਹੁਤ ਮਹੱਤਵਪੂਰਨ ਹੈ ਉਹ ਕਹਿੰਦੇ ਵੀ ਯਾਰ ਕਿਤਾਬਾਂ ਨਹੀਂ ਲੱਭਣੀਆਂ ਫਿਜ਼ਿਕਸ ਪੜ੍ਹਾ ਲਈ ਮੈਂ ਤਾਂ ਕੰਮ ਹੀ ਬੜਾ ਸੌਖਾ ਹੈ ਉਹ ਕਹਿੰਦੇ ਕਿਵੇਂ ਪੰਜਾਬ ਸਰਕਾਰ ਮੈਂ ਅੱਜ ਐਲਾਨ ਕਰਦਾ ਵੀ ਅਗਲੇ ਸਾਲ ਤੋਂ ਪੰਜਾਬ ਵਿੱਚ ਸਾਰੀ ਪੜ੍ਹਾਈ ਪੰਜਾਬੀ 'ਚ ਹੋਊਗੀ ਮੰਤਰੀ 'ਚ ਜਾ ਕੇ ਸੌਂ ਜਾਣ ਜਿਹੜੇ ਭਾਸ਼ਾ ਮੰਤਰੀ ਨੇ ਕੋਈ ਉਹਨਾਂ ਨੂੰ ਚਿੰਤਾ ਕਰਨ ਦੀ ਲੋੜ ਨਹੀਂ 6 ਮਹੀਨੇ ਬਾਅਦ ਟਰੱਕਾਂ ਦੇ ਟਰੱਕ ਪੰਜਾਬੀ ਦੀਆਂ ਕਿਤਾਬਾਂ ਲੈ ਜਾਣ ਜਿਹਨਾਂ ਕਿਤਾਬਾਂ ਵੇਚਣੀਆਂ ਨੇ ਆਪੇ ਪਵਾਉਣਗੇ ਉਹ ਲੱਭਣਗੇ ਕਿਹੜੇ ਬੰਦੇ ਨੇ ਅਨੁਵਾਦ ਕਰਾਉਣਗੇ ਆਪ ਲਿਖਾਉਣਗੇ ਨੀਤੀ ਦੀ ਲੋੜ ਹੈ ਔਰ ਇੰਝ ਹੀ ਹੁੰਦਾ ਹੈ ਪੂਰਾ ਯੂਰਪ ਲਤੀਨੀ 'ਚ ਪੜ੍ਹਦਾ ਸੀ ਉਹਨਾਂ ਸੋਚਿਆ ਵੀ ਲਤੀਨੀ ਪੜ੍ਹਾਈ ਜਾਂਦੇ ਹਾਂ ਪਰ ਲਤੀਨੀ ਆਉਂਦੇ ਥੋੜ੍ਹੇ ਜਾਣੇ ਕੋਈ ਫਰੈਂਚ ਬੋਲਦਾ ਕੋਈ ਜਰਮਨ ਬੋਲਦਾ ਕੋਈ ਅੰਗਰੇਜ਼ੀ ਬੋਲਦਾ ਕੋਈ ਇਟਾਲੀਅਨ ਬੋਲਦੀ ਇਟਾਲਵੀ ਭਾਸ਼ਾ ਬੋਲਦਾ ਅਤੇ ਸਾਡਾ ਨੁਕਸਾਨ ਹੁੰਦਾ ਪਿਆ ਉਹ ਬੱਚੇ ਪੜ੍ਹਨੀ ਠੀਕ ਸਮਝ ਆਉਂਦੀ ਨਹੀਂ ਇਹਨਾਂ ਨੂੰ ਸਮਝ ਆਉਣ ਵਾਲੀ ਭਾਸ਼ਾ 'ਚ ਪੜ੍ਹਾਓ ਅਤੇ ਉਹਨਾਂ ਨੇ ਲਤੀਨੀ ਇੱਕ ਪਾਸੇ ਰੱਖਿਆ ਹਾਂਜੀ ਠੀਕ ਹੈ ਮਾਤਾ ਜੀ ਸਤਿ ਸ਼੍ਰੀ ਅਕਾਲ ਤੁਹਾਡਾ ਇੱਜ਼ਤ ਕਰਦੇ ਹਾਂ ਬਹੁਤ ਪੂਜਦੇ ਵੀ ਰਹਾਂਗੇ ਤੁਹਾਨੂੰ ਪਰ ਹੁਣ ਪੜ੍ਹਾਈ ਦਾ ਕੰਮ ਤੁਸੀਂ ਸਾਡਾ ਕਰਦੇ ਕੋਲ ਵੀ ਬੁੱਢੇ ਹੋ ਗਏ ਹੋ ਤੁਹਾਡੇ ਗੋਡੇ ਗੁੱਡੇ ਰਹਿ ਗਏ ਹੁਣ ਤੁਸੀਂ ਸਾਂਭ ਨਹੀਂ ਸਕਦੇ ਪਰਿਵਾਰ ਨੂੰ ਉੱਥੇ ਆਰਾਮ ਕਰੋ ਮੈਂ ਜਿੱਥੇ ਬਹਿ ਕੇ ਅਤੇ ਉਹ ਕੰਮ ਅਸੀਂ ਜਰਮਨ ਫਰੈਂਚ ਸਾਰਿਆਂ ਤੋਂ ਲਵਾਂਗੇ ਤਾਂ ਯੂਰਪ ਜਿਹਨੂੰ ਪੁਨਰ ਜਾਗਰਣਾਂ ਨੇ ਸਾਰਾ ਕੁਛ ਆਉਂਦੇ ਨੇ ਉਹ ਉਦੋਂ ਤੋਂ ਲੋਕ ਯੂਰਪ ਰਹਿੰਦਾ ਐਡੀ ਛੇਤੀ ਹੋ ਗਿਆ ਅੰਗਰੇਜ਼ਾਂ ਨੇ ਤੈਅ ਕੀਤਾ ਅੰਗਰੇਜ਼ੀ 'ਚ ਪੜ੍ਹਾਉਣਾ ਨਹੀਂ ਪੜ੍ਹਾਉਣਾ ਫਰੈਂਚ 'ਚ ਪਹਿਲਾਂ ਫਰੈਂਚ 'ਚ ਪੜ੍ਹਾਉਂਦੇ ਉਦੋਂ ਪਹਿਲਾਂ ਲਤੀਨੀ 'ਚ ਪੜ੍ਹਾਉਂਦੇ ਸੀ ਤਾਂ ਉਹ ਹੋ ਗਿਆ ਔਰ ਇੱਕ ਮਿਸਾਲ ਬੜੀ ਵੱਡੀ ਦੋ ਇੱਕ ਤਾਂ ਪੰਜਾਬ ਦੀ ਹੋਈ ਹੈ ਪੰਜਾਬ ਦੇ ਪੈਪਸੂ ਜਿਹੜਾ ਰਾਜ ਸੀ ਇਹਨਾਂ ਦੇ ਮਹਾਰਾਜਾ ਸਾਹਿਬ ਸਨ ਉਦੋਂ ਤਾਂ ਉਹਨਾਂ ਕਿਹਾ ਬਾਈ ਪੰਜਾਬੀ 'ਚ ਲਿਖਿਆ ਕਰੋ ਟਾਈਪ ਟੂਪ ਜਿਹੜੀ ਸਾਰੀ ਪੰਜਾਬੀ 'ਚ ਕਰਾਓ ਕਹਿੰਦਾ ਜੀ ਪੰਜਾਬੀ ਦੇ ਟਾਈਪ ਰਾਈਟਰ ਕੋਣੀ ਜਾਂ ਟਾਈਪ ਪੰਜਾਬੀ ਸਿੱਖਣੀ ਬੜੀ ਔਖੀ ਹੈ ਮਤਲਬ ਕਹਾਣੀ ਕੋਈ ਕਹਾਣੀ ਨਹੀਂ ਹੈਨੀ ਇੱਕ ਮਹੀਨੇ ਦੇ ਅੰਦਰ ਜਿਹਨੇ ਪੰਜਾਬੀ ਟਾਈਪ ਨਹੀਂ ਸਿੱਖੀ ਉਹ ਠੱਪੀ ਪੇ ਮਾਰਨੇ ਹਾਂ ਉਹ ਟਾਈਪ ਕਰਨਾ ਠੀਕ ਪੇ ਮਾਰਨੇ ਹੁੰਦਾ ਤਾਂ ਇੱਕ ਮਹੀਨੇ ਬਾਅਦ ਪਹਿਲਾਂ ਤਾਂ ਤੁਹਾਡਾ ਸਾਲ ਦਾ ਜਿਹੜਾ ਵਾਧਾ ਹੁੰਦਾ ਤਨਖਾਹ 'ਚ ਉਹ ਰੁਕ ਜੂਗਾ ਦੂਜੇ ਮਹੀਨੇ ਨਹੀਂ ਸਿੱਖੀ ਤਾਂ ਮੁਤਲੀ ਹੋ ਗਈ ਅਤੇ ਜੇ ਤੀਜੇ ਮਹੀਨੇ ਵੀ ਨਹੀਂ ਸਿੱਖੀ ਤਾਂ ਘਰ ਜਾਓ ਆਪਣੇ ਸਾਨੂੰ ਤਾਂ ਪੰਜਾਬੀ 'ਚ ਟਾਈਪ ਕਰੇਗਾ ਇੱਕ ਮਹੀਨੇ 'ਚ ਹੀ ਕੰਮ ਪੂਰਾ ਹੋ ਗਿਆ ਅਤਾ ਤੁਰਕ ਨੇ ਤੁਰਕੀ ਦਾ ਬੜਾ ਨਾਂ ਹੈ ਉਹਦਾ ਬੜਾ ਤੁਰਕ ਦੇ ਸਾਮਰਾਜ ਨੂੰ ਬਹੁਤ ਫੈਲਾਇਆ ਉਸ ਉਹਨਾਂ ਨੇ ਮਾਣ ਆਉਂਦੇ ਨੇ ਜਿਹੜੇ ਕੁੱਟ ਕੁੱਟ ਕੇ ਦੂਜਿਆਂ ਨੂੰ ਆਪਣੇ 'ਚ ਲਾਉਣ ਉਹਨੇ ਵੱਡਾ ਬਹੁਤ ਮਹਾਰਾਜਾ ਸੀ ਬੜਾ ਸਾਮਰਾਟ ਸੀ ਉਹ ਸਮਰਾਟ ਕਹਿੰਦਾ ਦੂਜਿਆਂ ਨੂੰ ਕੁੱਟ ਕੁੱਟ ਕੇ ਮਾਰ ਮਾਰ ਕੇ ਆਪਣੇ ਜਾਂ ਉਹਨਾਂ ਆਪਣੇ ਇਲਾਕੇ 'ਚ ਲਾ ਲੈਂਦਾ ਹੈ ਇਹ ਸਾਮਰਾਟ ਹੁੰਦੇ ਨੇ ਤਾਂ ਉਹਨੇ ਕਿਹਾ ਭਾਈ ਇਹ ਥੋੜ੍ਹੀ ਜਿਹੜੀ ਫਾਰਸੀ ਫੁਰਸੀ ਜੀ ਲਿਪੀ ਸਾਨੂੰ ਮਿਲੀ ਹੋਏ ਇਹ ਤੁਰਕੀ ਦਾ ਕੰਮ ਜਾਂ ਠੀਕ ਤਰ੍ਹਾਂ ਕੱਢਦੀ ਨਹੀਂ ਬੱਚਿਆਂ ਨੂੰ ਸਿੱਖਣਾ ਔਖਾ ਹੋਇਆ ਪਰ ਰੋਮਨ 'ਚ ਲਿਖਾ ਵੀ ਉਸ ਤਾਂ ਦਿਮਾਗ 'ਚ ਵੀ ਮੈਂ ਅੰਗਰੇਜ਼ ਜ਼ਿਆਦਾ ਸਿਆਣੇ ਬੰਦੇ ਨੇ ਵਿਕਸਿਤ ਬੰਦੇ ਨੇ ਜਿਵੇਂ ਆਪਾਂ ਸਮਝਾ ਲਈਏ ਤਾਂ ਰੋਮਨ 'ਚ ਲਿਖੋ ਉਹ ਕਹਿੰਦੇ ਜੀ ਇਹ ਤਾਂ ਬੜਾ ਪੁੱਠਾ ਜਿਹਾ ਕੰਮ ਹੈ ਬੜਾ ਟਾਈਮ ਲੱਗੇਗਾ ਉਹ ਆਉਂਦਾ ਜੀ 24 ਘੰਟੇ ਨੇ ਬਸ ਤੁਹਾਡੇ ਕੋਲ ਸਾਰੇ ਤੁਰਕੀ ਵਾਲਿਆਂ ਕੋਲ ਤੁਹਾਡੇ ਜਿੰਨੇ ਮੇਰੇ ਕਾਰ ਕਰਿੰਦੇ ਕਹਿੰਦੇ ਤੁਸੀਂ ਹੈ ਜੇ ਤਨਖਾਹ ਸ਼ਨਖਾਹ ਲੈਂਦੇ ਹੋ ਸਰਕਾਰੀ ਖੇਤ ਨੂੰ 24 ਘੰਟੇ ਤੁਹਾਨੂੰ ਦਿੱਤੇ 24 ਘੰਟੇ ਤੋਂ ਬਾਅਦ ਤੁਸੀਂ ਸਾਰੇ ਰੋਮਨ 'ਚ ਲਿਖੋਗੇ 24 ਘੰਟੇ ਬਾਅਦ ਸਾਰਾ ਤੁਰਕੀ ਰੋਮਨ 'ਚ ਲਿਖਣਾ ਅੰਗਰੇਜ਼ੀ ਦੀ ਜਿਹੜੀ ਲਿਪੀ ਹੈ ਇੰਝ ਹੀ ਹੋਇਆ ਇੰਝ ਹੀ ਹੋਣਾ ਇੰਝ ਹੀ ਹੁੰਦਾ ਹੈ ਜੇ ਸਰਕਾਰ ਦੀ ਇੱਛਾ ਹੈ ਇੱਕ ਸਾਲ ਸਰਕਾਰ ਕੰਮ ਸਕੂਲ ਦੇ ਤਾਂ ਕੋਈ ਦਿੱਕਤ ਹੀ ਨਹੀਂ ਸਕੂਲ ਦੀ ਕੋਈ ਕਠਿਨਾਈ ਨਹੀਂ ਤਾਂ ਸਕੂਲ ਦੀਆਂ ਕਿਤਾਬਾਂ ਤਾਂ ਵੱਧ ਹੋਣੇ ਕਈ ਭਾਸ਼ਾਵਾਂ 'ਚ BSc ਤੱਕ ਦੀਆਂ ਵੱਧ ਹੋਣੇ ਤਮਿਲ 'ਚ ਵੱਧ ਹੋਣੇ ਉੜੀਆ 'ਚ ਵੱਧ ਹੋਣੇ ਜਾ ਕੇ ਵੇਖ ਉੜੀਆ ਵਾਲਿਆਂ ਨੇ ਅਨੁਵਾਦ ਕਰ ਹਿੰਦੀ 'ਚ ਵੱਧ ਹੋਣੇ ਅਤੇ ਜੇ ਹਿੰਦੀ 'ਚ ਪੜ੍ਹਾਉਣਾ ਹੀ ਸ਼ੁਰੂ ਕੀਤਾ ਮੱਧ ਪ੍ਰਦੇਸ਼ 'ਚ ਬੜਾ ਅਖਬਾਰਾਂ 'ਚ ਰੌਲਾ ਪਿਆ ਵੀ ਹੁਣ ਜਿਹੜੀ ਵੈਦਗੀ ਦੀ ਪੜ੍ਹਾਈ ਹੈ ਡਾਕਟਰੀ ਦੀ ਪੜ੍ਹਾਈ ਹੈ MBBS